ਜਦੋਂ ਕੈਪਟਨ ਅਮਰਿੰਦਰ ਸਿੰਘ ਵੀ ਮੀਡੀਆ ਦੇ ਮੁਖਾਤਬ ਹੋਏ ਤਾਂ ਕੈਪਟਨ ਨੇ ਸਭ ਤੋਂ ਪਹਿਲਾਂ ਨਿਸ਼ਾਨਾ ਸਾਧਿਆ ਵਿਕਰਮ ਮਜੀਠੀਆ ਤੇ ਉਹਨਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਆਏਗੀ ਤਾਂ ਵਿਕਰਮ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਕਾਂਗਰਸ ਦੀ ਸਰਕਾਰ ਸੁੱਟੇਗੀ। ਨਾਲ ਹੀ ਕੇਜਰੀਵਾਲ ਸਰਕਾਰ ਤੇ ਵੀ ਵਰਦੇ ਨਜ਼ਰ ਆਏ ਕੈਪਟਨ ਅਮਰਿੰਦਰ ਸਿੰਘ। ਕੈਪਟਨ ਨੇ ਕੇਜਰੀਵਾਲ ਨੂੰ ਫੰਨੇ ਖਾ ਨਾ ਸਮਝਣ ਦੀ ਸਲਾਹ ਦਿੱਤੀ ਤੇ ਕਿਹਾ ਕਿ ਪਹਿਲਾਂ ਦਿੱਲੀ ਸਾਂਭਣ, ਕੇਜਰੀਵਾਲ ਪੰਜਾਬ ਦੇ ਵੱਲ ਧਿਆਨ ਨਾ ਦੇਣ। ਤੁਸੀਂ ਉਹਨੂੰ ਕਹੋ ਜਦੋਂ ਮੈਂ ਵਾਹਿਗੁਰੂ ਕਰੇ ਅਗਰ ਮੁੱਖ ਮੰਤਰੀ ਬਣ ਜਾਣਾ ਤਾਂ ਮੈਂ ਰੋਜ਼ ਆਊਂਗਾ, ਕੋਈ ਪਰਵਾਹ ਨਾ ਕਰੇ। ਔਰ ਉਹਨਾਂ ਦੇ ਇਕੱਲੇ ਇਕੱਲੇ ਕੇਸ ਨੂੰ ਖੋਲ੍ਹਾਂਗੇ ਅਸੀਂ, ਉਹਦਾ ਵੀ ਔਰ ਉਹ ਦੂਜੇ ਦਾ ਵੀ, ਇਹ ਮਜੀਠੇ ਦੇ ਵੀ ਜਿਹੜੇ ਵੀ ਇੱਥੇ ਬਦਮਾਸ਼ੀ ਕਰ ਰਹੇ ਨੇ ਸਾਰਿਆਂ ਨੂੰ ਅਸੀਂ ਪਰਖਾਂਗੇ ਉੱਥੇ ਚੰਗੀ ਤਰ੍ਹਾਂ। ਪਹਿਲਾਂ ਉਹਨੂੰ ਕਹੋ ਕਿ ਇਹ ਬਿਲਕੁਲ ਠੀਕ ਹੈ ਜੋ ਇਹ ਗੱਲ ਕਰ ਰਿਹਾ ਹੈ ਕਿ ਜਿਹੜੀ ਇਹ ਬੰਦੇ ਇੱਥੇ ਕਰ ਰਹੇ ਨੇ ਉਹਨਾਂ ਨੂੰ ਸਜ਼ਾ ਪੂਰੀ ਹੋਣੀ ਚਾਹੀਦੀ ਹੈ, ਕਾਨੂੰਨ ਦੇ ਸਾਹਮਣੇ ਲਿਆਉਣਾ ਪਊ। ਦੈਟ ਇਜ਼ ਵਨ। ਬਟ ਵਾਈ ਡਜ਼ਨਟ ਹੀ ਲੁੱਕ ਐਟ ਡੈਰੀ ਹਿਮਸੈਲਫ? ਅੱਜ ਦਿੱਲੀ 'ਚ ਨਸ਼ੇ ਵੱਧ ਰਹੇ ਨੇ, ਘੱਟ ਨਹੀਂ ਰਹੇ। ਹਾਊ ਅਬਾਊਟ ਕੰਟਰੋਲਿੰਗ ਦੀ ਕੈਪੀਟਲ ਆਫ ਇੰਡੀਆ? ਅਸੀਂ ਪੰਜਾਬ ਨੂੰ ਸਾਂਭਾਂਗੇ, ਡੋਂਟ ਵਰੀ, ਤੂੰ ਆਪਣਾ ਸਾਂਭ ਉੱਥੇ। ਉਹ ਲੋਕਾਂ ਨੂੰ ਦਿਖਾਉਣਾ ਚਾਹੁੰਦਾ ਕਿ ਮੈਂ ਆਇਆ ਬਈ, ਇਹਨੂੰ ਪਹਿਲਾਂ ਦੇਖਾਂਗੇ, ਪਹਿਲਾਂ ਆ ਤਾਂ ਜਾ, ਫਿਰ ਦੇਖਾਂਗੇ ਅਸੀਂ। ਦੈਜ਼ ਨਥਿੰਗ, ਦਿਸ ਇਜ਼ ਆਲ ਬਰਵਾਡੋਇਜ਼ਮ। ਬਰਵਾਡੋਇਜ਼ਮ ਬੜੇ ਉਹ ਆਪਣੇ ਆਪ ਨੂੰ ਕੋਈ ਫੰਨੇ ਖਾਂ ਸਮਝਦਾ, ਦੈਟਸ ਆਲ।